ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਰੋਟਰੀ ਕਲੱਬ ਪਾਤਾ ਦੇ ਵੱਲੋਂ ਨਗਰ ਕੌਂਸਲ ਪ੍ਰਧਾਨ ਰਣਬੀਰ ਸਿੰਘ ਦਾ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਕੀਤਾ ਸਨਮਾਨਿਤ। ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵਾ ਦੇ ਵਿੱਚ ਅਹਿਮ ਯੋਗਦਾਨ ਪਾਉਂਦੀ ਆ ਰਹੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤਾ ਦੇ ਵੱਲੋਂ ਨਗਰ ਕੌਂਸਲ ਪਾਤਾ ਦੇ ਪ੍ਰਧਾਨ ਰਣਬੀਰ ਸਿੰਘ ਨੂੰ ਸ਼ਹਿਰ ਦੇ ਵਿਕਾਸ ਦੇ ਲਈ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਰੋਟਰੀ ਕਲੱਬ ਦੇ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਪ੍ਰਸੋਤਨ ਸਿੰਗਲਾ ਦੀ ਅਗਵਾਈ ਵਿੱਚ ਸਮੂਹ ਕਲੱਬ ਮੈਂਬਰਾਂ ਦੇ ਵੱਲੋਂ ਕੌਂਸਲ ਪ੍ਰਧਾਨ ਅਤੇ ਸਮੂਹ ਕੌਂਸਲਰ ਦਾ ਜਿੱਥੇ ਸਨਮਾਨ ਕੀਤਾ ਗਿਆ ਉਹਦੇ ਨਗਰ ਕੌਂਸਲ ਦੇ ਵੱਲੋਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਵੀ ਕੀਤੀ। ਅਸੀਂ ਰੋਟਰੀ ਕਲੱਬ ਪਾਤਰਾ ਵੱਲੋਂ ਪ੍ਰਧਾਨ ਨਗਰ ਕੌਂਸਲ ਸ੍ਰੀ ਰਣਵੀਰ ਸਿੰਘ ਜੀ ਯਾਦਵ ਤੇ ਸਮੂਹ ਕੌਂਸਲਰ ਦਾ ਧੰਨਵਾਦ ਕਰਨ ਵਾਸਤੇ ਅਸੀਂ ਇਹਨਾਂ ਨੂੰ ਸਨਮਾਨ ਦੇ ਤੌਰ ਤੇ ਅੱਜ ਆਇਆ ਤੇ ਅਸੀਂ ਆਸ ਰੱਖਦੇ ਹਾਂ ਰੋਟਰੀ ਕਲੱਬ ਵੱਲੋਂ ਵੀ ਸ਼ਹਿਰ ਦੇ ਵਿਕਾਸ ਵਿੱਚ ਸਾਡੇ ਪ੍ਰਧਾਨ ਜੀ ਜੋ ਕਿ ਇੱਕ ਇਮਾਨਦਾਰੀ ਦੇ ਗਰੀਬਾਂ ਦੇ ਮਸੀਹਾ ਦੇ ਤੌਰ ਤੇ ਜਾਣੇ ਜਾਂਦੇ ਨੇ ਸ਼ਹਿਰ ਵਾਸਤੇ ਮਿਸਾਲ ਬਣਨਗੇ। ਕੁਝ ਮੰਗਾਂ ਨੇ ਜੋ ਮੈਂ ਪ੍ਰਧਾਨ ਜੀ ਦੇ ਧਿਆਨ ਚ ਵੀ ਲਿਆਉਂਗਾ ਰੋਟਰੀ ਕਲੱਬ ਵੱਲੋਂ। ਜਾਖਾ ਰੋਡ ਜੋ ਭਗਤ ਸਿੰਘ ਚੌਂਕ ਹੈ ਉਹਨੂੰ ਸੁੰਦਰ ਬਣਾਇਆ ਜਾਵੇ, ਉੱਥੇ ਲਾਈਟਾਂ ਲਾਈਆਂ ਵੀ ਨੇ ਪ੍ਰਧਾਨ ਜੀ ਨੇ, ਲਾਈਟਾਂ ਦੀ ਲੋਕੇਸ਼ਨ ਨਾਲ ਲਾ ਕੇ ਜੇ ਵਧੀਆ ਚੌਂਕ ਬਣੂਗਾ ਤਾਂ ਸ਼ਹਿਰ ਦੀ ਸੁੰਦਰਤਾ ਵੱਧਦੀ ਹੈ। ਨਗਰ ਕੌਂਸਲ ਦੇ ਵਿੱਚ ਵੀ ਇੱਕ ਇਹਨਾਂ ਦੇ ਵੀ ਇੱਕ ਕਲਮੀ ਲੱਗਦੀ ਹੈ ਅਗਰ ਆਪਾਂ ਸ਼ਹਿਰ 'ਚ ਵਿਕਾਸ ਕਰਦੇ ਹਾਂ। ਉਹ ਖੰਭਾ ਲਾ ਤਾਂ ਦਿੱਤਾ ਲਾਈਟਾਂ ਰੰਗ ਕਰੇ, ਉੱਥੇ ਰੰਗ ਬਿਰੰਗਾ ਆਪਣਾ ਰਾਸ਼ਟਰੀ ਰੰਗ ਹੋ ਸਕਦਾ, ਉੱਥੇ ਵਿਚਾਲੇ ਫੁੱਟਪਾਥ ਬਣਿਆ ਹੋਇਆ ਜਾਖਾ ਰੋਡ ਤੋਂ ਜਦੋਂ ਆਉਂਦੇ ਹਾਂ ਆਪਾਂ ਉਹਦੇ ਵਿੱਚ ਵੀ ਡਿਵੈਲਪਮੈਂਟ ਹੋ ਸਕਦੀ ਹੈ, ਹਰੇਵਾਈ ਲੱਗ ਸਕਦੀ ਹੈ। ਇੱਕ ਸ਼ਹਿਰ ਦੇ ਜਾਖਾ ਰੋਡ ਤੇ ਜੋ ਬਹੁਤ ਟ੍ਰੈਫਿਕ ਰਹਿੰਦੀ ਹੈ, ਰੋਡ ਭੀੜ ਹੈ, ਉਹਦੇ ਆਲੇ ਦੁਆਲੇ 8-8-10 ਫੁੱਟ ਲਾਈਟਾਂ ਲਾਈਆਂ ਜਾਣ ਤੇ ਸ਼ਹਿਰ ਵਾਸੀਆਂ ਨੂੰ ਜਿਹੜੀ ਸਹੂਲਤ ਬਣੀ। ਹੁਣ ਮੋਟਰਸਾਈਕਲ ਵਾਲਾ ਆਮ ਬੰਦਾ, ਦੋ ਗੱਡੀਆਂ ਆ ਰਹੀਆਂ ਹੁਣ ਘਬਰਾ ਜਾਣਾ, ਸਿਆਣਾ ਬੰਦਾ ਉੱਥੋਂ ਲੰਘ ਨਹੀਂ ਸਕਦਾ। ਤੇ ਤੀਜਾ ਮੈਨੂੰ ਧਿਆਨ ਚ ਆਈ ਸੀ ਗੱਲ ਵੀ ਜੋ ਟੈਲੀਫੋਨ ਐਕਸਚੇਂਜ ਹੈ ਉਹਦੇ ਵਿੱਚ ਕੋਈ 500-700 ਵਾਰ ਜਗ੍ਹਾ ਆਪਣੀ ਨਗਰ ਕੌਂਸਲ ਦੀ ਪਈ ਹੈ। ਪ੍ਰਧਾਨ ਜੀ ਮੇਰੇ ਨਾਲ ਖੜੇ ਨੇ, ਬੇਨਤੀ ਕਰਦਾ ਵੀ ਨਗਰ ਕੌਂਸਲ ਇੱਥੇ ਮਤਾ ਪਾਵੇ, ਉਹ ਜਗ੍ਹਾ ਕਢਾਓ ਉੱਥੋਂ, ਅਸੀਂ ਤੁਹਾਡਾ ਸ਼ਹਿਰ ਵਾਸੀ ਰੋਟਰੀ ਕਲੱਬ ਵੱਲੋਂ ਤੁਹਾਡਾ ਸਹਿਯੋਗ ਦੇਵਾਂਗੇ। ਉਹ ਜਗ੍ਹਾ ਨੂੰ ਡਿਵੈਲਪਮੈਂਟ ਕਰੋ, ਪਾਰਕ ਬਣਾਓ, ਲੱਖ ਵਾਲੀ ਬਸਤੀ ਨੂੰ, ਤੁਲਸੀ ਨਗਰ ਨੂੰ, ਵਾਰਡ ਨੰਬਰ 7 ਨੂੰ ਇੱਕ ਪਾਰਕ ਮਿਲਦਾ ਸ਼ਹਿਰ ਨੂੰ ਬਹੁਤ ਵਧੀਆ, ਉਹ ਖਾਡੂ ਸ਼ਾਹ ਮੰਦਿਰ ਵੀ ਲੱਭਿਆ, ਲੋਕ ਇਤਿਹਾਸਕ ਮੰਦਿਰਾਂ ਦੂਰੋਂ ਆਉਣਗੇ, ਉਹਨੂੰ ਪਾਰਕ ਬਣਾਓ। ਹੋਰ ਸ਼ਹਿਰ ਦੇ ਵਿੱਚ ਜਿੱਥੇ ਵੀ ਕੋਈ ਲਾਈਟਾਂ ਦੀ ਕਮੀ ਆ, ਕੋਈ ਸਿੱਟਾਂ ਦੀ ਆ, ਪਾਣੀ ਦੀ ਆ, ਉਹ ਜਲਦੀ ਪ੍ਰਧਾਨ ਜੀ ਪੂਰੇ ਕਰਨਗੇ। ਬਹੁਤ ਪ੍ਰਧਾਨ ਜੀ ਬੇਨਤੀ ਨੇ, ਮੈਂ ਇਹਨਾਂ ਤੋਂ ਆਸ ਰੱਖਦਾ। ਇਸ ਨੂੰ ਮੈਂਬਰਾਂ ਪ੍ਰਧਾਨ ਜੀ ਇਸ ਨੂੰ ਮੈਂਬਰਾਂ ਨੇ ਆਏ ਨੇ ਤੇ ਮੈਨੂੰ ਜਿਹੜੇ ਮੇਰੇ ਨਾਲ ਐਮ ਸੀ ਸਾਹਿਬਾਨ ਜਿੰਨੇ ਵੀ ਨੇ ਸਮੂਹ ਐਮ ਸੀ ਆਰ ਦਾ ਇਹਨਾਂ ਨੇ ਸਨਮਾਨ ਕੀਤਾ, ਮੈਂ ਇਹਨਾਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਇਹਨਾਂ ਨੇ ਮੈਨੂੰ ਸਨਮਾਨ ਕੀਤਾ। ਮੈਂ ਤਾਂ ਪਹਿਲਾਂ ਵੀ ਆਪ ਜੀ ਮੀਡੀਆ ਰਾਹੀਂ ਬੇਨਤੀ ਕੀਤੀ ਸੀ ਵੀ ਸਭ ਦਾ ਸਾਥ ਤੇ ਸ਼ਹਿਰ ਦਾ ਵਿਕਾਸ, ਇਹ ਮੇਰਾ ਨਾਰਾ ਵੈ। ਸਮੁੱਚੇ ਜੇ ਮੇਰੇ ਐਮ ਸੀ ਸਾਹਿਬਾਨ ਮੇਰੇ ਨਾਲ ਨੇ ਔਰ ਸ਼ਹਿਰ ਨਿਵਾਸੀਆਂ 'ਤੇ ਮੈਂ ਵਿਸ਼ਵਾਸ ਕਰਦਾ ਅਤੇ ਮੈਂ ਅਪੀਲ ਵੀ ਕਰਦਾ ਕਿ ਸ਼ਹਿਰ ਦੇ ਵਿਕਾਸ ਲਈ, ਸਾਫ਼ ਸੁਥਰਾ ਸ਼ਹਿਰ ਬਣਾਉਣ ਲਈ, ਸ਼ਹਿਰ ਦੇ ਅੰਦਰ ਨਵੇਂ ਦਰਖਤ ਲਾਉਣ ਲਈ ਜਿੱਥੇ ਵੀ ਲੋੜ ਪਊਗੀ ਇਹ ਮੈਨੂੰ ਸਾਥ ਦੇਣਗੇ, ਮੈਨੂੰ ਆਸ ਹੈ ਅਤੇ ਮੈਨੂੰ ਵਿਸ਼ਵਾਸ ਹੈ। ਹਾਂ ਦੇਖੋ, ਮੈਂ ਬੇਨਤੀ ਕਰਦਾ ਵੀ ਪਲਸ਼ੀ ਚੌਂਕ ਬਾਰੇ ਤਾਂ ਅਸੀਂ ਇੱਥੇ ਮਤਾ ਲਿਆਂਦਾ ਵਾ ਵੀ ਜਿਹੜਾ ਚੌਂਕ ਨੂੰ ਸੁੰਦਰ ਬਣਾਉਣਾ ਇਹ ਮੇਰਾ ਪਹਿਲਾ ਨਿਸ਼ਾਨਾ ਵਾ। ਅਸੀਂ ਜਿੰਨੀ ਕੋਈ ਜਗ੍ਹਾ ਹੈਗੀ ਹੈ ਹੁਣ ਬਣਾਵਾਂਗੇ, ਬਾਕੀ ਨੈਸ਼ਨਲ ਹਾਈਵੇ ਤੋਂ ਲੈ ਕੇ ਨੇ ਗਊਸ਼ਾਲਾ ਤੱਕ ਸਾਨੂੰ ਤਾਜ਼ਾ ਪੈਸੇ ਮਿਲਣੇ ਨੇ, ਤਕਰੀਬਨ 2 ਕਰੋੜ ਰੁਪਇਆ ਮਿਲਣ ਵਾਲਾ ਵਾ। ਉਹਦੇ 'ਚੋਂ ਅਸੀਂ 8 ਫੁੱਟ ਜਿਹੜੀ ਸੜਕ ਦੋਵੇਂ ਪਾਸੇ 8-8 ਫੁੱਟ ਲੋਕ ਇੱਟਾਂ ਲਾਵਾਂਗੇ ਗਊਸ਼ਾਲਾ ਤੱਕ। ਇੱਕ ਇਹ ਪ੍ਰੋਜੈਕਟ ਸਾਡਾ ਹੈਗਾ, ਇੱਕ ਚਨਾਰ ਰੋਡ ਦਾ ਪ੍ਰੋਜੈਕਟ ਹੈ, ਉੱਧਰ 5-5 ਫੁੱਟ ਦੀ ਲੋਕ ਇੱਟਾਂ ਲਾਵਾਂਗੇ, ਉਹ ਹਰਮਨ ਨਗਰ ਤੱਕ ਆ ਜਿਹੜੀ ਮੱਛਰ ਪਾਲਣ ਤੱਕ ਲਾਵਾਂਗੇ। ਇਹ ਦੂਜੇ ਪਾਸੇ ਜਿਹੜਾ ਨਵੇਂ ਪੈਸੇ ਆਉਣੇ ਨੇ ਉਹਦੇ 'ਚ ਅਸੀਂ ਖਾਟੂ ਸ਼ਾਮ ਮੰਦਿਰ ਦੇ ਲਾਗੇ ਜਿਹੜੀ ਮੇਨ ਰਸਤਾ ਵਾ ਸੰਗਤ ਆਉਣ ਦੇ ਦਰਸ਼ਨ ਕਰਨ ਲਈ, ਉਹ ਰੋਡ ਵੀ ਜਾਖਰ ਰੋਡ ਤੋਂ ਲੈ ਕੇ ਨੇ ਤੇ ਬੱਸ ਸਟੈਂਡ ਵਾਲਾ ਰੋਡ ਮੇਨ ਮਿਲਦਾ, ਉਹਦੇ ਤੱਕ ਜਿੰਨੇ ਵੀ ਕੋਈ ਵੀ ਜਾਣੀ ਕਿ ਲੋਕ ਇੱਕ ਲਾਉਣੀ ਹੈ, ਕੁਛ ਵੀ ਕਰਨਾ ਵਾ, ਦਖਲ ਵੀ ਲਾਵਾਂਗੇ, ਸੁੰਦਰ ਬਣਾਵਾਂਗੇ। ਤੇ ਜਿਹੜੇ ਇਹਨਾਂ ਜਿਹੜੀ ਮੰਗਾਂ ਰੱਖੀਆਂ ਨੇ ਉਹ ਤਕਰੀਬਨ ਧਿਆਨ 'ਚ ਹੈ। ਮੈਂ ਫਿਰ ਕਹਿੰਦਾ ਵੀ ਇਹਨਾਂ ਦਾ ਸ਼ਹਿਰ ਨਿਵਾਸੀਆਂ ਸਾਥ ਹੋਊਗਾ ਤੇ ਬਹੁਤ ਜਲਦੀ। ਹਾਂ, ਉਹ ਜਿੰਨੀ ਵੀ ਜਗ੍ਹਾ ਇਕੱਲੀ ਟੈਲੀਫੋਨ ਐਕਸਚੇਂਜ ਨਹੀਂ ਹੈ, ਮੈਂ ਆਪਣੇ ਦਫ਼ਤਰ ਦੇ ਕਰਮਚਾਰੀਆਂ ਨੂੰ ਜੀਓ ਸਾਹਿਬ ਨੂੰ ਇਹ ਬੇਨਤੀ ਕਰਤੀ ਹੈ ਵੀ ਜੇ ਆਪਣੀ ਜਿੰਨੀ ਵੀ ਜ਼ਮੀਨ ਕਬਜ਼ੇ ਯਕੀਨ ਕੀਤੀ ਹੋਈ ਹੈ ਉਹ ਸਾਰੇ ਕਾਰਡ ਕਢਾਓ, ਅਸੀਂ ਉਹ ਜ਼ਮੀਨ ਸਾਰੇ ਕਬਜ਼ੇ ਲੈ ਕੇ ਨੇ ਉੱਥੇ ਪਾਰਕ ਬਣਾਵਾਂਗੇ, ਜੋ ਵੀ ਵਧੀਆ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਪਾਤਰਾ ਤੋਂ ਸਤਪਾਲ ਗਾਰਗ ਦੀ ਰਿਪੋਰਟ।